ਸਤਿ ਸ਼੍ਰੀ ਅਕਾਲ ਦੋਸਤੋ, ਚੈਨਲ ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ। ਇਸ ਵੇਲੇ ਦੀ ਵੱਡੀ ਖਬਰ ਆ ਚੁੱਕੀ ਹੈ, ਅਮਰੀਕੀ ਰਾਸ਼ਟਰਪਤੀ ਬਾਈਡਨ ਨੇ ਮੋਦੀ ਨੂੰ ਦੱਸੀ ਆਪਣੀ ਪਰਸਨਲ ਦਿਲ ਦੀ ਇਹ ਗੱਲ, ਸਾਰੇ ਪਾਸੇ ਹੋ ਗਈ ਚਰਚਾ। ਵੀਡੀਓ ਨੂੰ ਪੂਰੀ ਅੰਤ ਤੱਕ ਦੇਖ ਲਿਓ, ਪੂਰੀ ਖਬਰ ਦਾ ਤੁਹਾਨੂੰ ਪਤਾ ਲੱਗ ਜਾਵੇਗਾ। ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ। ਹੁਣ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਵੱਲੋਂ ਮੋਦੀ ਨੂੰ ਇੱਕ ਅਜਿਹੀ ਪਰਸਨਲ ਗੱਲ ਦੱਸੀ ਗਈ ਜਿਹਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਅਤੇ ਇੰਨੇ ਦਿਨੀ ਜਿੱਥੇ ਪ੍ਰਧਾਨ ਮੰਤਰੀ ਮੋਦੀ ਅਮਰੀਕਾ ਦੇ ਦੌਰੇ 'ਤੇ ਗਏ ਹਨ, ਅਤੇ ਉੱਥੇ ਹੀ ਸ਼ੁੱਕਰਵਾਰ ਨੂੰ ਉਹਨਾਂ ਦੀ ਰਾਸ਼ਟਰਪਤੀ ਜੋ ਬਾਈਡਨ ਦੇ ਨਾਲ ਪਹਿਲੀ ਮੁਲਾਕਾਤ ਹੋਈ ਹੈ, ਜੋ ਕਿ ਕਾਫੀ ਯਾਦਗਾਰ ਰਹੀ ਹੈ ਅਤੇ ਮਜ਼ੇਦਾਰ ਤਰੀਕੇ ਦੇ ਨਾਲ ਦੋਵਾਂ ਵੱਲੋਂ ਗੱਲਬਾਤ ਕੀਤੀ ਗਈ। ਅਤੇ ਇਸ ਗੱਲਬਾਤ ਵਿੱਚ ਜਿੱਥੇ ਦੋਵਾਂ ਦੇਸ਼ਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕੀਤੀ ਗਈ, ਅਤੇ ਉੱਥੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਵੱਲੋਂ ਆਪਣੇ ਕੁਝ ਨਿੱਜੀ ਮਾਮਲੇ ਵੀ ਸਾਂਝੇ ਕੀਤੇ ਗਏ ਹਨ, ਜਿਸ ਨੂੰ ਲੈ ਕੇ ਚਰਚਾ ਹੋ ਰਹੀ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਮਜ਼ਾਕੀਆ ਲਹਿਜੇ ਵਿੱਚ ਦੱਸਿਆ ਗਿਆ ਕਿ 1972 ਵਿੱਚ 29 ਸਾਲਾਂ ਦੀ ਉਮਰ ਵਿੱਚ ਉਹਨਾਂ ਨੂੰ ਪਹਿਲੀ ਵਾਰ ਚੁਣਿਆ ਗਿਆ, ਅਤੇ ਉਸ ਸਮੇਂ ਬਾਈਡਨ ਦੇ ਸਰਨੇਮ ਵਾਲੇ ਇੱਕ ਵਿਅਕਤੀ ਵੱਲੋਂ ਉਹਨਾਂ ਨੂੰ ਇੱਕ ਚਿੱਠੀ ਲਿਖ ਕੇ ਉਸ ਸਮੇਂ ਉਹ ਸੈਨੇਟ ਚੁਣੇ ਗਏ ਸਨ। ਅਤੇ ਮੁੰਬਈ ਤੋਂ ਆਈ ਚਿੱਠੀ ਵਿੱਚ ਬਾਈਡਨ ਨੇ ਦੱਸਿਆ ਸੀ ਕਿ ਭਾਰਤ ਵਿੱਚ 5 ਬਾਈਡਨ ਨਾਮ ਦੇ ਵਿਅਕਤੀ ਰਹਿੰਦੇ ਹਨ, ਜਿਹਦੀ ਜਾਣਕਾਰੀ ਪ੍ਰੈਸ ਵੱਲੋਂ ਉਹਨਾਂ ਨੂੰ ਦਿੱਤੀ ਗਈ ਸੀ। ਉੱਥੇ ਉਦੋਂ ਮਜ਼ਾਕ ਕਰਦੇ ਹੋਏ ਉਹਨਾਂ ਨੇ ਈਸਟ ਇੰਡੀਆ ਟੀ ਕੰਪਨੀ ਵਿੱਚ ਵੀ ਇੱਕ ਕੈਪਟਨ ਸਨ ਜਿਹਦਾ ਨਾਮ ਜੋਰਜ ਬਾਈਡਨ ਸੀ, ਉਹਨਾਂ ਵੱਲੋਂ ਆਪਣੀ ਬੈਠਕ ਵਿੱਚ ਮਜ਼ਾਕੀਆ ਤਰੀਕੇ ਦੇ ਨਾਲ ਇਹ ਗੱਲਾਂ ਸਾਂਝੀਆਂ ਕੀਤੀਆਂ ਗਈਆਂ, ਜਿਸਦੇ ਉਹਨਾਂ ਵੱਲੋਂ ਵੀ ਯਾਦ ਕੀਤਾ ਗਿਆ ਜਦੋਂ ਉਹ 2013 ਵਿੱਚ ਮੁੰਬਈ ਆਏ ਸਨ।